ਹਾਂਜੀ ਪੰਜਾਬੀ ਡਿਕਟੇਸ਼ਨ ਸਪੀਚ 90 ਦੀ 450 ਸ਼ਬਦ 5 ਮਿੰਟਾਂ ਦੇ ਵਿੱਚ ਡਿਕਟੇਟ ਕਰਾਂਗੇ ਹਾਂਜੀ ਰੈਡੀ ਸਟਾਰਟ ਰੰਗਲਾ ਪੰਜਾਬ ਹੁਣ ਕੰਗਲਾ ਬਣ ਗਿਆ ਹੈ ਡੰਡੀ ਪੰਜਾਬ ਪੱਲੇ ਪਹਿਲਾਂ ਵਾਲੀ ਸਰਦਾਰੀ ਹੁਣ ਕਾਇਮ ਨਹੀਂ ਰਹੀ ਡੰਡੀ ਲੋਕ ਇੱਥੇ ਗੁਰਬਤ ਦੇ ਭੰਨੇ ਦਿੱਕਤਾਂ ਭਰਪੂਰ ਜ਼ਿੰਦਗੀ ਜੀ ਰਹੇ ਹਨ ਡੰਡੀ ਅਨੇਕਾ ਘਰਾਂ ਦੇ ਪੁੱਤ ਕਮਾ ਕਮਾ ਕੇ ਥੱਕ ਗਏ ਪਰ ਫਿਰ ਵੀ ਇਸ ਦੇ ਬਾਵਜੂਦ ਸਿਰ ਚੜਿਆ ਕਰਜ਼ਾ ਨਾ ਲੱਥਣ ਕਾਰਨ ਮੌਤਾਂ ਦਾ ਜਾਮ ਪੀ ਗਏ ਅਤੇ ਪੀ ਰਹੇ ਹਨ ਡੰਡੀ ਕਈ ਮਾਮਾ ਦੇ ਪੁੱਤ ਰੋਜੀ ਰੋਟੀ ਲਈ ਵਿਦੇਸ਼ ਚਲੇ ਗਏ ਹਨ ਪਰ ਇਸ ਮੰਦਭਾਗੇ ਵਰਤਾਰੇ ਦੌਰਾਨ ਸਾਡੀ ਸਿਆਸੀ ਜਮਾਤ ਜੋ आम ਲੋਕਾਂ ਦੀਆਂ ਵੋਟਾਂ ਨਾਲ ਹੀ ਤਰੱਕੀ ਕਰਦੀ ਹੈ ਉਹ ਕਰੋੜਾਂ ਅਰਬਾਂ ਦੀ ਮਾਲਕ ਬਣ ਬੈਠੀ ਹੈ ਡੰਡੀ ਜਿਹੜਾ ਵੀ ਆਪਣੀ ਸਿਆਸੀ ਕਿਸਮਤ ਅਜਮਾਉਣ ਲਈ ਚੋਣ ਮੈਦਾਨ ਵਿੱਚ ਆ ਕੇ ਜਿੱਤਿਆ ਹੈ ਉਹ ਕਰੋੜਾਂ ਦਾ ਧਣੀ ਬਣ ਗਿਆ ਹੈ ਡੰਡੀ ਜੇਕਰ ਦੂਸਰੇ ਪਾਸੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਕੰਗਾਲ ਹੁੰਦੇ ਹੀ ਵੇਖੇ ਗਏ ਹਨ ਡੰਡੀ ਸਿਆਸਤਦਾਨਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨੂੰ ਵਧੇਰੇ ਪਹਿਲ ਦਿੱਤੀ ਹੈ ਡੰਡੀ ਇਨਾ ਲੀਡਰਾਂ ਨੇ ਤਾਂ ਸਰਕਾਰੀ ਖਜ਼ਾਨਾ ਵੀ ਹਰ ਸਮੇਂ ਮਿਹਰਬਾਨ ਹੀ ਰਹਿੰਦਾ ਹੈ ਡੰਡੀ ਇਸ ਦੇ ਉਲਟ ਜਦੋਂ ਕਿਤੇ ਆਮ ਲੋਕਾਂ ਦਾ ਜ਼ਿਕਰ ਆਉਂਦਾ ਹੈ ਤਾਂ ਫਿਰ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦਾ ਟੰਡੋਰਾ ਪਿੱਟ ਕੇ ਲੋਕਾਂ ਨੂੰ ਟਰਕਾਇਆ ਜਾਂਦਾ ਹੈ ਡੰਡੀ ਹੁਣ ਪੰਜਾਬ ਵਿਚਲੀ ਕਾਂਗਰਸ ਸਰਕਾਰ ਜਦੋਂ ਤੋਂ ਵੱਡੇ ਵੱਡੇ ਵਾਅਦੇ ਕਰਕੇ ਸਤਾ ਵਿੱਚ ਆਈ ਹੈ ਉਹ ਉਦੋਂ ਤੋਂ ਇਹ ਕਹਿ ਰਹੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ ਡੰਡੀ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਖਜ਼ਾਨਾ आम ਲੋਕਾਂ ਨੇ ਖਾਲੀ ਕੀਤਾ ਹੈ ਜਾਂ ਆਮ ਲੋਕਾਂ ਲਈ ਖਾਲੀ ਹੈ ਪ੍ਰਸ਼ਨ ਚਿੰਨ ਕਿਉਂਕਿ ਖਜ਼ਾਨਾ ਤਾਂ ਜਿੱਤਨ ਵਾਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਦੇ ਹਵਾਲੇ ਹੀ ਰਿਹਾ ਹੈ ਡੰਡੀ ਇਸ ਤੋਂ ਇਲਾਵਾ ਆਮ ਲੋਕ ਤਾਂ ਚੜਦੇ ਦਿਨ ਜਿਹੜੀਆਂ ਜਿਹੜੀਆਂ ਵਸਤਾਂ ਵਰਤਦੇ ਹਨ ਉਹਨਾਂ ਸਾਰੀਆਂ ਵਸਤਾਂ ਉੱਪਰ ਟੈਕਸ ਦੇ ਰੂਪ ਵਿੱਚ ਪੈਸੇ ਦਿੰਦੇ ਹਨ ਪਰੰਤੂ ਫਿਰ ਵੀ ਖਜ਼ਾਨਾ ਖਾਲੀ ਦਾ ਖਾਲੀ ਕਿਉਂ ਹੈ ਪ੍ਰਸ਼ਨ ਚਿੰਨ ਅਸਲ ਵਿੱਚ ਸਾਡੇ ਲੀਡਰਾਂ ਨੇ ਆਪਣੇ ਵੱਲ ਖੁੱਲੇ ਰਹਿੰਦੇ ਖਜ਼ਾਨੇ ਦਾ ਮੂੰਹ ਕਦੇ ਭਰਨ ਹੀ ਨਹੀਂ ਦਿੱਤਾ ਡੰਡੀ ਜਿਸ ਤਰ੍ਹਾਂ ਜਿੱਤੇ ਹੋਏ ਸਿਆਸਤਦਾਨਾਂ ਉੱਪਰ ਖਜ਼ਾਨੇ ਵੱਲੋਂ ਸਹੂਲਤਾਂ ਦੇ ਰੂਪ ਵਿੱਚ ਪੈਸਿਆਂ ਦੀ ਵਰਖਾ ਕੀਤੀ ਜਾਂਦੀ ਹੈ ਉਸ ਹਿਸਾਬ ਨਾਲ ਇਹ ਕਹਿਣਾ ਕਿ ਖਜ਼ਾਨਾ ਖਾਲੀ ਹੈ ਇਹ ਇੱਕ ਅਚੰਬੇ ਵਾਲੀ ਗੱਲ ਹੀ ਹੈ ਡੰਡੀ ਜੇਕਰ ਜਿੱਤੇ ਹੋਏ ਵਿਧਾਇਕਾਂ ਨੂੰ ਮਿਲਦੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਇਕੱਲਾ ਖਜ਼ਾਨਾ ਇਹਨਾਂ ਦਾ ਭਾਰ ਕਿਵੇਂ ਸੰਭਾਲ ਰਿਹਾ ਹੈ ਪ੍ਰਚੰਚਨ ਇੱਕ ਵਿਧਾਇਕ ਨੂੰ ਸਾਰੇ ਪੱਤਿਆਂ ਸਮੇਤ ਮਹੀਨੇ ਦੀ ਤਨਖਾਹ 84000 ਰੁਪਏ ਮਿਲਦਾ ਹੈ ਜਿਸ ਵਿੱਚ ਵੱਖ-ਵੱਖ ਖਰਚੇ ਸ਼ਾਮਿਲ ਕੀਤੇ ਹੁੰਦੇ ਹਨ ਡੰਡੀ 3 ਲੱਖ ਰੁਪਏ ਤੱਕ ਹਰ ਵਿਧਾਇਕ ਸਫਰ ਕਰ ਸਕਦਾ ਹੈ ਡੰਡੀ ਬਾਕੀ ਲੋੜ ਇਥੇ ਵੀ ਆਈਪੀ ਖਰਚਿਆਂ ਨੂੰ ਘਟਾਉਣ ਦੀ ਵੀ ਹੈ ਡੰਡੀ ਜੇਕਰ ਸਿਆਸੀ ਜਮਾਤ ਦੇ ਖਰਚਿਆਂ ਨੂੰ ਸੀਮਤ ਕੀਤਾ ਜਾਵੇ ਤਾਂ ਪੈਸਿਆਂ ਦੀ ਵੱਡੀ ਬਚਤ ਹੋ ਸਕਦੀ ਹੈ ਡੰਡੀ ਅਸਲ ਵਿੱਚ ਇਥੇ ਵਿਦੇਸ਼ਾਂ ਦੀ ਤਰਜ ਬੀ ਆਈ ਪੀ ਟੰਚਾ ਬਣਾਉਣ ਦੀ ਜ਼ਰੂਰਤ ਹੈ ਡੰਡੀ ਜਿਸ ਨਾਲ ਲੋਕਾਂ ਅਤੇ ਲੀਡਰਾਂ ਵਿੱਚ ਤਾਲਮੇਲ ਬਣਿਆ ਰਹੇ ਡੰਡੀ ਨਹੀਂ ਤਾਂ ਜੋ ਹੁਣ ਲੋਕਾਂ ਵਿੱਚ ਲੀਡਰਾਂ ਦੇ ਖਜ਼ਾਨੇ ਤੇ ਪੈਂਦੇ ਬੋਝ ਕਰਕੇ ਨੇਤਾਵਾਂ ਪ੍ਰਤੀ ਖਠਾਸ ਵੱਧ ਰਹੀ ਹੈ ਡੰਡੀ ਸਟਾਪ